ਸੀਨੀਅਰ ਆਫੀਸਰ ਨੂੰ ਸਰਕਾਰ ਵੱਲੋਂ ਹਦਾਇਤਾਂ ਆਈਆਂ ਸੀ, ਸਾਡਾ ਫਰਜ਼ ਆ ਕਿ ਉਹਨਾਂ ਦੀ ਪਾਲਣਾ ਕਰਾਈਏ। ਔਰ ਜਿਹੜਾ ਇਹ ਸਾਰੇ ਸੈਂਸਿਟਿਵ ਜਿਹੜੇ ਹੈਗੇ ਆ, ਅਸੀਂ ਉਹਨਾਂ ਨੂੰ ਅਲਾਊ ਕੀਤਾ ਹੋਇਆ। ਪੈਟਰੋਲ ਪੰਪ ਜਿਹੜੇ ਡੇਅਰੀ ਵਗੈਰਾ ਦੀਆਂ ਜਿੰਨੀਆਂ ਵੀ ਸ਼ੋਪਸ ਹੈਗੀਆਂ ਉਹ ਸਾਰੀਆਂ ਖੁੱਲ੍ਹੀਆਂ। ਠੇਕੇ ਵੀ ਖੁੱਲ੍ਹੇ ਹੋਏ ਆ, ਬਾਕੀ ਜਿਹੜੀ ਜੋ ਸਰਕਾਰ ਦੀ ਗਾਈਡਲਾਈਨਸ ਆਈਆਂ ਹੈਗੀਆਂ, ਜੋ ਜਿਸ ਹਿਸਾਬ ਨਾਲ ਆਰਡਰ ਕੀਤੇ ਉਹਦੇ ਮੁਤਾਬਕ ਜਿਹੜਾ ਹੈਗਾ ਜੀ ਕਰਵਾ। ਕੈਪਟਨ ਸਰਕਾਰ ਕਹੇਗੀ ਕਿ 5 ਵਜੇ 10 ਵਜੇ 5 ਵਜੇ ਤੱਕ ਦੁਕਾਨਾਂ ਖੁੱਲ੍ਹਣਗੀਆਂ, ਅਤੇ ਲੋਕਡਾਊਨ ਜਿਹੜਾ ਹੈਗਾ ਉਹ 5 ਵਜੇ ਤੱਕ ਰਹੇਗਾ। ਇਹਦੇ ਬਾਰੇ ਕੀ ਕਹਿਣ ਦਿੰਦੇ ਹੋ? ਇਹਦੇ ਬਾਰੇ ਹੈਗਾ ਕਿ ਜਿਹੜਾ ਡਿਸਟ੍ਰਿਕਟ ਅਤੇ DM ਅਤੇ ਸਾਡੇ ਵੱਲੋਂ ਜਿਹੜਾ ਹੈਗਾ ਹਾਲਾਤਾਂ ਨੂੰ ਦੇਖਦੇ ਹੋਏ ਅਤੇ ਜਿਹੜਾ ਫੈਸਲਾ ਲਿਆ ਗਿਆ ਹੈਗਾ, ਜਿਹੜਾ ਔਰ ਜਿਹੜੇ ਕਿਸੇ ਨੂੰ ਰਿਕੁਆਇਰਡ ਆ ਐਮਰਜੈਂਸੀ ਦੀ ਸੂਰਤ ਵਿੱਚ ਹੋ ਜਾ ਸਕਦਾ ਹੈਗਾ, ਆਪਣਾ ਈ ਪਾਸ ਜਿਹੜਾ ਹੈਗਾ ਅਪਲਾਈ। ਸਰ ਕੀ ਇੱਕ ਚੀਜ਼ ਸਰ, ਜਿਹੜੇ ਪਹਿਲੇ ਕਰਫਿਊ ਪਾਸਿਸ ਇਸ਼ੂ ਹੋਏ ਸੀ ਕੀ ਉਹ ਸਭ ਰੱਦ ਹੋ ਗਏ? ਕੋਈ ਵੀ ਜਿਹੜਾ ਪਹਿਲਾਂ ਕਰਫਿਊ ਪਾਸ ਸੀ ਉਹ ਵੈਲਿਡ ਨਹੀਂ ਹੈਗਾ, ਜਿਹੜੇ ਈ ਪਾਸ ਹੈਗੇ ਅਸੀਂ ਇਸ਼ੂ ਕਰਾਂਗੇ। ਜੇ ਕਿਸੇ ਨੂੰ ਐਮਰਜੈਂਸੀ ਆਪਣਾ ਵੈਲਿਡ ਰੀਜ਼ਨ ਹੋਵੇ ਫਿਰ ਉਹ ਆਪਣਾ ਪਾਸ ਅਪਲਾਈ ਕਰ ਸਕਦਾ, ਉਹਨੂੰ ਜਦੋਂ ਪਾਸ ਅਪਲਾਈ ਹੋ ਗਿਆ ਫਿਰ ਉਹ। ਸਰ ਇਹ 2 ਦਿਨ ਲੋਕਡਾਊਨ ਹੈ, ਸੈਟਰਡੇ ਔਰ ਸੰਡੇ, ਇਹ ਹਰ ਹਫ਼ਤੇ ਰਿਹਾ ਕਰੇਗਾ ਸਰ? ਫਿਲਹਾਲ ਜੋ ਇੰਸਟਰਕਸ਼ਨ ਸਾਡੇ ਕੋਲ ਆਉਣਗੇ ਫਿਲਹਾਲ ਤਾਂ ਜਿਹੜਾ 2 ਦਿਨ ਦੀ ਹੈ, ਕਿਉਂਕਿ ਜੋ ਵੀ ਗਾਈਡਲਾਈਨਸ ਹੋਣਗੇ ਉਹਦੇ ਅਕੋਰਡਿੰਗ। ਲੋਕਾਂ ਨੂੰ ਕੀ ਮੈਸੇਜ? ਲੋਕਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਲੋਕ ਅਨਸੈਸਰੀ ਘੱਟ ਤੋਂ ਬਾਹਰ ਨਾ ਨਿਕਲਣ। ਸਿਰਫ ਐਮਰਜੈਂਸੀ ਦੀ ਸੂਰਤ ਵਿੱਚ ਨਿਕਲਣ। ਜੇ ਕਿਸੇ ਨੂੰ ਕੋਈ ਜਾਣਾ ਤਾਂ ਉਹ ਆਪਣਾ ਈ ਪਾਸ ਅਤੇ ਖੁਦ ਦੇ ਦੇ ਦਿਓ। ਹਾਲ ਜਿਹਾ ਨਾ ਬੜਾ ਹੈ, ਕਿਉਂਕਿ ਠੇਕਾ ਖੁੱਲ੍ਹਿਆ ਹੋਇਆ, ਮਗਰ ਸਰਕਾਰ ਕਹਿ ਰਹੀ, ਕੈਪਟਨ ਸਰਕਾਰ ਕਹਿ ਰਹੀ ਹੈ ਕਿ ਕੋਈ ਆਪਣੇ ਵਿੱਚ ਘਰ ਬੈਠੋ, ਅਤੇ ਇਹ ਦੁਕਾਨਾਂ ਮਾਰਕੀਟਾਂ ਵੀ ਬੰਦ ਹੈਗੀਆਂ ਅੱਜ ਮਗਰ ਖੁੱਲ੍ਹੇ ਆ। ਜਦੋਂ ਬੋਲੋ ਕਿ ਘਰਾਂ ਨੂੰ ਬਾਹਰ ਨਿਕਲਣਗੇ, ਜੇ ਸ਼ਰਾਬ ਖੁੱਲ੍ਹ ਸਕਦੀ ਹੈ ਤਾਂ ਪੁਲਿਸ ਦੁਕਾਨਾਂ ਖੁੱਲ੍ਹ ਸਕਦੀਆਂ। ਫਿਰ ਡਾਕਟਰ ਰਾਜਕੁਮਾਰ ਨੇ ਕਿਹਾ ਕਿ ਜੋ ਆਪਣਾ ਜਿਹੜੀ ਸ਼ੋਪ ਹੈਗੀ ਹੈ 10 ਤੋਂ ਲੈ ਕੇ 5 ਵਜੇ ਤੱਕ ਖੋਲ੍ਹ ਦਿਓ, ਮਗਰ ਪੁਲਿਸ ਵਾਲਿਆਂ ਨੇ ਜੀ ਦੁਕਾਨਾਂ ਬੰਦ ਕਰਾਈ ਗਈਆਂ। ਮਗਰ ਠੇਕੇ ਕਿਉਂ ਨਹੀਂ ਬੰਦ ਕਰਾਏ ਗਏ? ਕਿਉਂਕਿ ਉਹਨੇ ਕਹਿੰਦੇ ਕੋਰੋਨਾ ਵਾਇਰਸ ਹੈਗਾ, ਕੋਰੋਨਾ ਵਾਇਰਸ ਹੈਗਾ, ਮਗਰ ਸਰਕਾਰ ਨੂੰ ਚਾਹੀਦਾ ਕਿ ਇਹ ਬੰਦ ਕਰਨਾ ਦੁਕਾਨਾਂ ਵਾਲਿਆਂ ਨੂੰ। ਮਗਰ ਤੁਸੀਂ ਖੁੱਲ੍ਹ ਹੀ ਹੋਏ ਜੋ ਠੇਕੇ ਖੁੱਲ੍ਹੇ ਹੋਏ। जिंदगी मौत ना बन जाए संभालो यारो, जिंदगी मौत ना बन जाए संभालो यारो, खो रहा चैनो अमन, खो रहा चैनो अमन, हाँ मुश्किलों में है वतन, मुश्किलों में है वतन, सरफरोशी की शमा दिल में जला लो यारो, जिंदगी मौत ना बन नहीं है कि ये दुनिया रूठ जाती है, मुझे इस नहीं है कि ये दुनिया, मेरी जिंदगी के मालिक, मेरी जिंदगी के मालिक, कहीं तुम ना रूठ जाना। वक्त लाया है खिजां, वक्त से दिन और रात, वक्त से कल और आज, वक्त की हर शै गुलाम, वक्त का हर शै पेराज, वक्त से दिन और रात, वक्त से कल और आज, वक्त की हर शै गुलाम, वक्त का हर शै पेराज, वक्त की गर्दिश से है चांद तारों का निजाम, वक्त की गर्दिश से है चांद तारों का
निजाम वक्त की ठोकर में है, क्या हुकूमत क्या समाज, क्या हुकूमत क्या समाज। वक्त से दिन और रात, वक्त से कल और आज, वक्त की हर शै गुलाम, वक्त का हर शै फेराज। वक्त की पाबंद है आती जाती रौनकें, वक्त की पाबंद है आती जाती रौनकें। वक्त है फूलों की सेज, वक्त है कांटों का ताज, वक्त है कांटों का ताज। वक्त से दिन और रात, वक्त से कल और आज, वक्त की हर शै गुलाम, वक्त का हर शै फेराज। आदमी को चाहिए वक्त से डर कर रहे, आदमी को चाहिए वक्त से डर कर रहे। कौन जाने किस घड़ी वक्त का बदले मिजाज, वक्त का बदले मिजाज। वक्त से दिन और रात, वक्त से कल और आज, वक्त की हर शै गुलाम, वक्त का हर शै फेराज। दुख कट दुनिया दे वंड खुशियां खेड़े, दुख कट दुनिया दे वंड खुशियां खेड़े। ਲਗਾਏ ਗਏ ਨੇ ਤਾਂ ਜਿਹਨਾਂ ਨੇ ਲਿਖਿਆ ਸੈਟਰਡੇ ਔਰ ਸੰਡੇ ਜੋ
ਲੋਕਾਂ ਨੂੰ ਕਿ ਘਰ ਬੈਠੋ ਮਗਰ ਪੁਲਿਸਾਂ ਨੇ ਦੇਖੋ ਬੈਰਿੰਗ ਲਾ ਕੇ ਰਸਤਾ ਰੋਕਿਆ ਗਿਆ ਹੈ ਅਤੇ ਲੋਕਾਂ ਨੂੰ ਵੀ ਸਮਝਾਇਆ ਜਾਂਦਾ ਕਿ ਲੋਕਾਂ ਨੂੰ ਘਰ ਜਾਣਾ ਚਾਹੀਦਾ ਹੁਣ ਡਾਕਟਰ ਰਾਜਕੁਮਾਰ ਨੇ ਵੀ ਕਿਹਾ ਹੈ ਅਤੇ ਜੇ ਕਰਨ ਅਗਰ ਬਾਹਰ ਨਿਕਲੋ ਨਹੀਂ ਤਾਂ ਨਾ ਨਿਕਲੋ ਤੁਹਾਨੂੰ ਪਤਾ ਕਿ ਗੈਰ ਸਫਾਈਡ ਹੋਇਆ ਅੱਛਾ ਕਵਰ ਨੂੰ ਗਿਆ ਲੋਕਡਾਊਨ ਹੋਏ ਵਾਲੀ ਮਗਰ ਲੋਕਾਂ ਨੂੰ ਕੋਈ ਨਹੀਂ ਹੈਗਾ ਕਿਉਂਕਿ ਆਉਂਦੇ ਜਾਂਦੇ ਪਏ ਤੁਹਾਨੂੰ ਗੈਰ ਸਫਾਈਡ ਕੋਈ ਕਿਉਂਕਿ ਸਰਕਾਰ ਦੀਆਂ ਡਿੱਗੀਆਂ ਜਾਈ ਜਾ ਰਹੇ ਮਗਰ ਇਹਨਾਂ ਨੂੰ ਵੀ ਸਮਝਾ ਕੇ ਲੋਕਾਂ ਨੂੰ ਘਰ ਬੈਠੇ ਬੈਰਿੰਗ ਵੀ ਲਾਏ ਪੁਲਿਸਾਂ ਵੀ ਸਮਝਾਉਂਦੇ ਪਏ ਆ ਮਗਰ ਲੋਕ ਸਮਝਦੇ ਨਹੀਂ ਹੈਗੇ ਖੁਦ ਹੀ ਦੇਖ ਸਕਦੇ ਹੋ यार बड़े एक जरा है कि सारे इलाके ਦੇਖੋ ਡੀ ਸੀ ਸਾਹਿਬ ਖਲੋਤੇ ਆ ਜਿਹਨਾਂ ਨਾਲ ਖਲੋਤੇ ਆ ਐਸ ਪੀ ਜੁੜੇ ਆ ਐਸ ਐਚ ਓ ਸਾਰੇ ਖਲੋਤੇ ਆ ਆਰਗੇਟ ਆਰਗੇਟ ਦੇਖੋ ਜੀ ਕਲੀਅਰ ਦੇਖੋ ਐਸ ਪੀ ਭਾਈ ਤੁਹਾਨੂੰ ਪਤਾ ਵੀ ਅਗਰ ਲੋਕਡਾਊਨ ਲੱਗਾ ਹੋਇਆ ਤੁਹਾਨੂੰ ਪੇਮੈਂਟ ਮੈਂ ਮੰਨਦਾ ਪੇਮੈਂਟ ਲੈਣ ਗਏ ਹੋ ਮਗਰ ਤੁਹਾਨੂੰ ਪਤਾ ਹੈਗਾ ਤੁਹਾਨੂੰ ਪਤਾ ਹੈਗਾ ਵਾਇਰਸ ਕਿੰਨਾ ਫੈਲਿਆ ਤੁਹਾਨੂੰ ਪਤਾ ਨਾ ਮਗਰ ਤਿੰਨ ਮਹੀਨਿਆਂ ਤੋਂ ਘਰੋਂ ਨਿਕਲੇ ਥੋੜ੍ਹਾ ਜੇ ਪੇਮੈਂਟ ਉਹਨਾਂ ਨੇ ਡਾਕਟਰ ਰਾਜਕੁਮਾਰ ਨੇ ਕਿਹਾ ਕਿ ਜੇ ਕੰਮ ਹੈ ਬਾਹਰ ਨਿਕਲ ਘਰੋ ਫਿਰ ਪੇਮੈਂਟ ਲੈਣ ਗਏ ਤਾਂ ਸਰ ਪੇਮੈਂਟ ਫਿਰ ਵੀ ਆ ਸਕਦੀ ਤੁਹਾਨੂੰ ਦੋ ਦਿਨ ਦਾ ਉਹਨਾਂ ਨੇ ਕਿਹਾ ਘਰ ਬੈਠੋ ਤਿੰਨ ਮਹੀਨੇ ਦੇ ਅੱਗੇ ਅਸੀਂ ਘਰ ਬੈਠੇ ਹਾਂ ਹੋਮਿਓਪੈਥਿਕ ਸ਼ੋਪ ਸਰ ਕਿੰਨੇ ਬੈਲੈਂਸ ਆ ਜਾਂਦਾ ਸਰ ਵਾਲੇ ਕਹਿੰਦੇ ਜੀ ਜੀ ਜੀ